ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਰਾਮ ਰਾਮ, ਨਮਸਤੇ ਬਾਬਿਓ। ਮੈਂ ਤੁਹਾਡਾ ਆਪਣਾ ਪ੍ਰੋਡਿਊਸਰ ਟ੍ਰਿਪਲ ਐਚ ਆ ਗਿਆ ਇੱਕ ਨਵੀਂ ਵੀਡੀਓ ਦੇ ਨਾਲ। ਬਾਬਿਓ, ਜਿਹੜਾ ਅੱਜ ਦਾ ਗਾਣਾ ਹੈ, ਪਹਿਲੀ ਵਾਲੀ ਹਵਾ ਰਹੀ ਨਾ, ਠੀਕ ਹੈ, ਰਾਮਕੇਸ਼ ਜੀਨਪੁਰ ਵਾਲੇ ਬਾਈ ਦਾ ਸੌਂਗ ਹੈ, ਠੀਕ ਹੈ। ਬਾਈਆਂ ਦੇ ਬਹੁਤ ਜ਼ਿਆਦਾ ਕਮੈਂਟ, ਕਹਿਣ ਦਾ ਮਤਲਬ ਕਿ ਇੱਕ ਬਾਈ ਤਾਂ ਨਾਰਾਜ਼ ਹੋ ਗਿਆ, ਕਹਿੰਦਾ ਵੀ ਯਾਰ ਬਾਈ, ਤੇਰੇ ਕੋਲ ਕਪਕਾ ਬੋਲ ਰੱਖਿਆ, ਬਾਈ ਤੂੰ ਗਾਣਾ ਕਿਉਂ ਨਾ ਰਿਐਕਟ ਕਰ ਐਸਾ ਹੈ। ਸੋ ਬਾਈ, ਆਪਾਂ ਨੂੰ ਪਹਿਲਾਂ ਬਾਈਆਂ ਨੇ ਬਹੁਤ ਜ਼ਿਆਦਾ ਡਿਮਾਂਡ ਆਈ ਸੀ ਇਸ ਸੌਂਗ 'ਚ, ਸੋ ਡੈਟਸ ਵਾਈ ਆਪਾਂ ਰਿਐਕਟ ਕਰ ਰਹੇ ਹਾਂ ਅੱਜ। ਤਾਂ ਬਾਈ ਨੇ ਮੈਂ ਸਵੇਰੀ ਵੀਡੀਓ ਪਾਈ, ਕਹਿੰਦਾ ਬਾਈ ਇਸ ਗਾਣੇ 'ਤੇ ਰਿਐਕਟ ਕਰ ਰਹੇ, ਲਾਸਟ ਵਾਰ ਬੋਲ ਰਹਾ ਹੂੰ। ਪਰ ਉਹਦੇ ਬਾਅਦ ਬੰਦੇ ਨੇ ਕਮੈਂਟ ਆਇਆ, ਕਹਿੰਦਾ ਬਾਈ ਲਾਸਟ ਤੂੰ ਦਿਲ ਕੀ ਬਾਤ ਕਹਿ ਦੀ। ਸੋ ਡੈਟਸ ਬਾਈ, ਬਾਈ ਹਰਿਆਣੇ ਵਾਲੇ ਦੇ ਪਿਆਰ ਕਰਕੇ ਆਪਾਂ ਸੌਂਗ ਕਰ ਰਹੇ ਹਾਂ, ਪਹਿਲੇ ਵਾਲੀ ਹਵਾ ਨਾ ਰਹੀ, ਠੀਕ ਹੈ। ਬਾਬੇ ਦੇਖਦੇ ਕੀ ਮੇਰਾ ਸੌਂਗ ਹੁੰਦਾ, ਪਹਿਲੇ ਵਾਲੀ ਹਵਾ, ਮਤਲਬ ਇਹ ਤਾਂ ਹੁਣ ਦੇਖ ਕੇ ਪਤਾ ਲੱਗੂਗਾ, ਦੇਖਦੇ ਕਿੱਦਾਂ ਦਾ ਸੌਂਗ ਹੈ ਬਾਬਿਓ। ਮਿਊਜ਼ਿਕ ਬਾਬਿਓ ਪੁਰਾਣੇ ਟਾਈਮ ਵਾਲਾ ਲੱਗਦਾ ਮੈਨੂੰ ਥੋੜ੍ਹਾ ਜਿਹਾ, ਘਿਓਟ ਸਕੋਰਪੀਓ ਨੇ ਆ ਰਿਹਾ ਭਾਈ, ਛੋਰਾ HR 26, HR 26 ਬਾਬਿਓ ਕਿੱਥੇ ਰਾਮ, ਦੱਸੋ ਕਮੈਂਟ ਮਾਰ ਕੇ। ਕੋਈ ਵੀ ਚੀਜ਼ ਪੁਰਾਣੀ ਹੋਗੀ ਖਤਮ, ਕਹਾਣੀ ਨਾ ਮਿਲਦੀ ਕੋਈ ਵੀ ਚੀਜ਼ ਪੁਰਾਣੀ। ਬਾਬੇ ਮੈਨੂੰ ਇਹ ਗਾਣੇ ਤੇ ਥੋੜੀ ਹਾਸੀ ਆਈ, ਹਾਸੀ ਮੈਨੂੰ ਕਹਿਣਾ ਮਤਲਬ ਯਾਰ ਵੀ ਬਾਈ ਦੀ ਜਿਹੜੀ ਲਾਈਨ ਹੈ ਵੀ ਹੋਗੀ ਖਤਮ ਕਹਾਣੀ, ਯਾਰ ਵੀ ਬਾਈ ਨਾ ਪਹਿਲਾਂ ਵਾਲੀ ਹਵਾ ਰਹੀ। ਬਾਬੇ ਹਵਾ ਤਾਂ ਰਹੀ ਨਹੀਂ ਕਿਉਂਕਿ ਪੋਲਿਊਸ਼ਨ ਹੀ ਬਹੁਤ ਹੋ ਗਿਆ, ਗੱਡੀਆਂ ਛੱਡੀਆਂ ਦੁਨੀਆ ਲਈ ਜਾਂਦੀ ਹੈ ਅਤੇ ਬਾਕੀ ਹੋਰ ਚੀਜ਼ਾਂ, ਬਾਈ ਦੁਨੀਆ ਦਰਖਤ ਲਾਉਂਦੇ ਨੇ, ਇਹ ਰੀਜ਼ਨ ਕਰਕੇ ਬਾਬੇ ਉਹ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਰਿਹਾ, ਠੀਕ ਹੈ। ਬਟ ਬਾਈ ਗਾਣਾ ਬੰਦੇ ਨੇ ਸੱਚੀ ਰੀਅਲੀ ਕਿੰਮਤ ਵੱਖਰੀ ਪਾਰ, ਦਰਵਾਜਿਆਂ ਮੈਂ ਗਲੀ ਹੋਈ ਖਾਟ ਨਾ ਰਹੀ, ਗਾਮ ਕੇ ਮਾਂ ਬਾਣੀਆਂ ਕੀ ਹਾਟ ਨਾ ਰਹੀ, ਗਾਮ ਕੇ ਮਾਂ ਬਾਣੀਆਂ ਕੀ ਹਾਟ ਨਾ ਰਹੀ, ਪੱਤਲ ਉੱਪਰ ਬੈਠ ਕੇ ਉਹ ਖਾਣਾ ਨਾ ਰਿਹਾ, ਆਟੜੀ ਪੇ ਬੈਠ ਕੇ ਵੋ ਨਹਾਣਾ ਨਾ ਰਿਹਾ, ਸਹੀ ਗੱਲ ਹੈ, ਘੁੰਗਟ ਕੇ ਮਾਂ ਵੀਰ ਕਾ ਸਰਮਾਣਾ ਨਾ ਰਿਹਾ, ਟੋਲੀਆਂ ਮੈਂ ਬੈਠ ਕੇ ਵੋ ਗਾਣਾ ਨਾ ਰਿਹਾ, ਦਮਣ ਪੈਰ ਚੱਲਿਆ ਕਰਤੀ ਵੀਰ ਨਾ ਰਹੀ, ਆਰੇ ਉੱਪਰ ਬਣਿਆ ਕਰਤੀ ਖੀਰ ਨਾ ਰਹੀ, ਆਹ ਫੈਕਟ ਹੈ ਬਾਬੇ, ਔਰ ਭਾਈ ਵਾਲੀ ਵੀਰ ਨਾ ਰਹੀ, ਪਹਿਲੇ ਵਾਲੇ ਰਾਂਝੇ ਔਰ ਹੀਰ ਨਾ ਰਹੀ, ਪਹਿਲੇ ਵਾਲੇ ਰਾਂਝੇ ਔਰ ਹੀਰ ਨਾ ਰਹੀ। ਸਹੀ ਗੱਲ ਆ ਬਾਈ, ਜਿਹੜੀ ਬਾਈ ਨੇ ਗੱਲਾਂ ਕੀ ਆ ਨਾ ਵਿਦ ਫੈਕਟ ਕਹੀਆਂ, ਬਾਈ ਨੇ ਦਿਖਾਈਆਂ ਵੀ ਚੀਜ਼ਾਂ। ਬਾਈ ਕਹਿੰਦਾ ਵੀ ਉਹ ਖੂਹ ਨਹੀਂ ਰਹੇ, ਠੀਕ ਹੈ, ਤੇ ਖਾਟ ਨਹੀਂ ਰਹੀ, ਤੇ ਟੋਭੇ ਸੁੱਕ ਗਏ ਬਾਬੇ ਆਪਦੇ ਟਾਈਮ ਦੇ ਵਿੱਚ, ਤੇ ਜਨਾਨੀਆਂ ਜਿਹੜੇ ਪਾਣੀ ਲੈਣ ਜਾਂਦੇ ਸੀ ਉਹ ਪਾਣੀ ਵਾਲਾ ਸਿਸਟਮ ਵੀ ਬਾਬੇ ਜਮੇ ਖਤਮ ਹੋ ਗਿਆ, ਬਲਕਿ ਉਹ ਵੀ ਟਾਈਮ ਸੀ ਜਦ ਦੁਨੀਆ ਪਾਣੀ ਲੈਣ ਜਾਏ ਕਰਦੇ ਸੀ ਖੂਹ ਪਾਤੇ। ਕਹਿੰਦਾ ਜਵਾਕਾਂ ਨੂੰ ਡਾਂਟ ਨਹੀਂ ਪੈਂਦੀ, ਹੁਣ ਅੱਜ ਕੱਲ੍ਹ ਉਹ ਗੱਲਬਾਤ ਵੀ ਨਹੀਂ ਰਹੀ, ਤੇ ਦੋ ਦੋ ਪੀ ਦੋ ਕਿਆ ਦੋਬੀ ਖੰਡ ਕੇ ਵੀ ਜਿਹੜੇ ਧੋਤੀ ਵਾਲੇ ਛੋਰੇ ਆ ਜੋ ਆਪਣੇ ਬਾਈ ਬਜ਼ੁਰਗ ਬੰਦੇ ਵੀ ਧੋਤੀ ਖੰਡ ਵਾਲਾ ਵੀ ਕੰਮ ਸਿਸਟਮ ਜਮੀ ਘੱਟ ਹੋ ਗਿਆ, ਠੀਕ ਹੈ। ਤੇ ਉਹਦੇ ਬਾਅਦ ਵੀ ਮਹਿਫਲਾਂ ਵਿੱਚ ਜਿਹੜੀ ਚੱਲਦੀ ਰਹੀ ਢੋਲੀ ਟੋਲੀਆਂ ਲੱਗਦੀ ਰਹੀਆਂ ਉਹ ਵੀ ਖਤਮ ਹੋ ਗਈਆਂ, ਮਹਿਫਲਾਂ ਮੁਫਲਾਂ ਲੱਗਦੀਆਂ ਰਹੀਆਂ। ਤੇ ਕਹਿੰਦਾ ਸਭ ਤੋਂ ਵਧੀਆ ਗੱਲ ਬਾਈ, ਕਹਿੰਦਾ ਵੀ ਹੁਣ ਬਾਥਰੂਮ ਆਉਂਦੇ ਜਿਹੜੇ ਫਟੜੇ ਪਾ ਬਹਿ ਕੇ ਨਾ ਕਰਦੇ ਨਾ ਅੱਬੋ ਵੀ ਬਾਈ ਉਹ ਖਤਮ ਕਰਦੇ, ਛੋਰਾ ਬਸ ਅਬ ਜਾਤਾ ਬਾਥਰੂਮ ਮੈਂ 2 ਮਿੰਟ ਲਗਾਤਾ, 2 ਡੱਬੇ ਮਾਰਤਾ ਪਿੰਡੇ ਪੇ ਫਿਰ ਆ ਜਾਤਾ ਹੈ 2 ਮਿੰਟ ਮੈਂ। ਤੇ ਬਾਈ ਦੀ ਇੱਕ ਗੱਲ ਹੋਰ ਵੀ ਵਿਆਹਾਂ ਦੇ ਵਿੱਚ ਵੀ ਹੁਣ ਜਿਹੜੇ ਥੱਲੇ ਬਹਿ ਕੇ ਰੋਟੀ ਖਾਂਦੇ ਰਹੇ ਇਕੱਠੇ ਉਹ ਗੱਲ ਨਹੀਂ, ਹੁਣ ਤਾਂ ਖੜ ਕੇ ਕਰਦੇ ਸਿਸਟਮ, ਠੀਕ ਹੈ। ਤੇ ਕੁੜੀਆਂ ਪਹਿਲਾਂ ਘੁੰਗਟ ਮਾਰ ਰਹਿੰਦੀ ਤੀਆਂ, ਹੁਣ ਉਹ ਬਾਤ ਨਹੀਂ ਰਹੀ, ਠੀਕ ਹੈ। ਹੀਰ ਵਾਲੀ ਗੱਲ ਤਾਂ ਜਿਵੇਂ ਚੱਕਤੀ ਬਾਬੇ, ਖਤਮ ਹੀ ਕਰਤੀ ਯਾਰ, ਸੱਚੀ ਬਾਬੇ ਬਹੁਤ ਹੀ ਜ਼ਿਆਦਾ ਘੈਂਟ ਯਾਰ। ਮੈਨੂੰ ਥੋੜ੍ਹਾ ਜਿਹਾ ਫੀਲ ਹੋ ਰਿਹਾ ਵੀ ਇਸ ਸੌਂਗ 'ਤੇ ਮੈਨੂੰ ਪਹਿਲਾਂ ਰਿਐਕਟ ਕਰਨ ਚਾਹੀਦਾ, ਕਿਉਂਕਿ ਗਾਣਾ ਸੱਚੀ ਰੀਅਲੀ ਬਾਬਿਓ
इट्स टू मच बखरी पाड़ मैग महा बाबे ठीक है गाना बहुत ही ज्यादा घेंट यार बई ने फैक्ट दसे हुए ने फैक्ट ठीक है अगे सुन दे बाबे क्या क्या चीजा हम बई ने दसी दरवाजे पे लागे वे कवाड़ ना रहे हाँ बैल गाड़ी जुए और नाड़ ना रहे पहले आले बोझड़े और झाड़ ना रहे चोर जो लगाया करते पाड़ ना रहे पहले आला कोई भी खेल ना रहा आपस के मां भाइया का यो मेल ना रहा सही गल है दीवे के मां गल्या होया तेल ना रहा बहुत कम रह गए मानस खेल ना रहा बहुत कम रह गए मानस खेल ना रहा बहुत मानस कम हो गए ठेल ना रहा भाई बाबे का मतलब मन जरूर दस्यो भाई ने गल सही कही भी दीवे विच तेल ना रहा क्या बात है बाबे ਉਹ ਪੁਰਾਣੀਆਂ ਖੇਡਾਂ ਯਾਰ ਜਿਹੜੀਆਂ ਆਪਾਂ ਖੇਲੀ ਕਰਦੇ ਤੇ ਯਾਰ ਬਲਕਿ ਬੰਟੇ ਹੋ ਗਏ ਠੀਕ ਹੈ ਪਿੱਠੂ ਹੋ ਗਿਆ ਬਹੁਤ ਚੀਜ਼ਾਂ ਬਾਈ ਜਿਹੜੇ ਆਪਣੇ ਬਚਪਨ ਵਿੱਚ ਬਾਂਦਰ ਖੇਲੀ ਅਤੇ ਬਾਕੀ ਤੁਸੀਂ ਕਮੈਂਟ ਮਾਰ ਕੇ ਬਾਬੇ ਦੱਸਿਓ ਤੁਸੀਂ ਬਚਪਨ ਦੇ ਵਿੱਚ ਕਿਹੜੇ ਕਿਹੜੇ ਚੀਜ਼ਾਂ ਖੇਲੀਆਂ ਅਬ ਉਹ ਤੰਨੇ ਬਤਾਉਣਾ ਛੋਰੇ ਉਹ ਬਤਾ ਦਿਓ ਅਬ ਮੇਰੇ ਕਮੈਂਟ ਮਾਰ ਕੇ ਵੀ ਤੁਮਨੇ ਕੇ ਖੇਲਾ ਹੈ ਠੀਕ ਹੈ ਅਤੇ ਬਾਬੇ ਯਾਰ ਬਾਈ ਸੌਂਗ ਬਾਈ ਦਾ ਸੱਚੀ ਰੇਅਲੀ ਯਾਰ ਬੰਦਾ ਆਪਣਾ ਦਰਦ ਦੱਸ ਰਿਹਾ ਵੀ ਉਹ ਚੀਜ਼ਾਂ ਰਹੀਆਂ ਨਹੀਂ ਵੀ ਸਭ ਖਤਮ ਹੋ ਗਿਆ ਬਾਬੇ कतई जहर सॉन्ग है बाबू जहर पहले आली ईबवा पढ़ाई ना रही हाँ डाउ डाउ पोना और सड़ाई ना रही आदरमान बोर और बढ़ाई ना रही सही गल है अंगे और जोर की लड़ाई ना रही सही गल है डांगरा के ईब किते पाली ना रहे चार बजे जोड़ा करते आली ना रहे हाँ बाग की रुखाली करते माली ना रहे पहले आले जीजा और साली ना रहे पहले आले जीजा और साली ना रहे भाई दी गल सही गल है पहले आले जीजा और साली ना रहे पहला डांगरा नु भाई 4 बजे उठ के भाई पानी पिलाण ना जी करदे सी सवेरी सवेरी ते खेतां नु बंदा लंघ जी करदा ठीक है ते यार भाई भाई जी गलबात जमी एंड यार भी कतई जहर भी पहला नी पढ़ाईयां कित्थे रहीयां ਤੇ ਸਭ ਤੋਂ ਵਧੀਆ ਚੀਜ਼ ਬਾਈ ਜਿਹੜੀ ਮੈਨੂੰ ਬਹੁਤ ਹੀ ਜ਼ਿਆਦਾ ਘੈਂਟ ਲੱਗੀ ਘੈਂਟ ਕਾ ਮਤਲਬ ਕਿ ਭਾਈ ਜੋ ਬਜ਼ੁਰਗਾਂ ਕਾ ਉਹ ਪਹਿਲਾਂ ਬਜ਼ੁਰਗਾਂ ਦੀ ਸੁਣਦੇ ਹੁੰਦੇ ਨੇ ਸਭ ਤੋਂ ਪਹਿਲਾਂ ਟੱਬਰ 'ਚ ਇਹ ਬਜ਼ੁਰਗਾਂ ਦੀ ਸਲਾਹ ਲੈ ਲਈਏ ਤਾਂ ਅੱਗੇ ਕੰਮ ਚੱਲਦਾ ਹੁੰਦਾ ਰਹਾ ਹੁਣ ਬੜਿਆਂ ਦਾ ਆਦਰ ਕਰਦੇ ਨੇ ਅੱਜ ਕੱਲ੍ਹ ਜੀ ਨਿਊ ਇੰਟਰਨੈਸ਼ਨ ਹੈ ਬਾਈ ਤੁਹਾਨੂੰ ਪਤਾ ਹੀ ਹੈ ਛੋਰਤਮ ਨੇ ਸਭ ਬੇਰਾ ਹੈ ਬਾਕੀ ਯਾਰ ਬਹੁਤ ਹੀ ਘੈਂਟ ਸੁਣ साधु संत सच्चे हुए फकीर ना रहे राह चलते रुक जाते थे रागीर ना रहे औरता के शर ऊपर चीर ना रहे कट्ठे बैठ के ने बतलाना ना रहा बड्डे का वो बालक ने समझाना ना रहा बड्डे का खेता में वो जाना ना रहा आसिया में देते थे उलाना ना रहा आसिया में देते थे उलाना ना रहा ਆਸੀਆਂ ਮੈਂ ਦਿੱਤੇ ਤੇ ਉਲਾਣਾ ਨਾ ਰਿਹਾ ਬਾਬਿਓ ਇਹਦਾ ਮਤਲਬ ਮੈਨੂੰ ਜ਼ਰੂਰ ਦੱਸਿਓ ਕਮੈਂਟ ਮਾਰ ਕੇ ਠੀਕ ਹੈ ਅਤੇ ਕਿ ਮੰਨੇ ਬੇਰਹਿਨੀ ਹੈ ਵੀ ਇਸ ਦਾ ਮਤਲਬ ਕੇਸ ਹੈ ਅਤੇ ਬਾਈ ਜੀ ਯਾਰ ਬੰਦੇ ਨੇ ਨਾ ਗੱਲਾਂ ਬਹੁਤ ਵਧੀਆ ਕਹੀਆਂ ਹੁਣ ਮੈਂ ਵੀ ਦੇਖਦੇ ਹੁਣ ਅਸੀਂ ਵੀ ਖੇਤਾਂ 'ਚ ਪਹਿਲਾਂ ਜਾਂਦੇ ਹੁੰਦੇ ਸੀ ਹੁਣ ਅਸੀਂ ਵੀ ਖੇਤਾਂ 'ਚ ਬਾਈ ਬਹੁਤ ਜ਼ਿਆਦਾ ਘੱਟ ਗਏ ਮਤਲਬ ਕਿ ਪੜ੍ਹਾਈ ਕਰਕੇ ਠੀਕ ਹੈ ਘੱਟ ਜਿਹਾ ਹੁੰਦਾ ਖੇਤਾਂ 'ਚ ਸਿਸਟਮ ਠੀਕ ਹੈ ਯਾਰ ਬੰਦੇ ਜਿਹੜੇ ਗੱਲਾਂ ਨਾ ਬਾਬਿਓ ਇਹ ਰੀਅਲ ਫੈਕਟ ਨੇ ਬਾਬੇ ਉਹ ਰੀਅਲ ਫੈਕਟ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ ਚੱਲਦੇ ਕਹਿੰਦਾ ਜਨਾਨੀਆਂ ਦੇ ਸਿਰ ਵਿੱਚ ਚੀਰ ਨਾ ਰਹੀ ਉਹਨਾਂ ਦਾ ਵਾਲ ਕਰਾ ਕੇ ਰਿਵਾਉਂਡ ਅੱਜ ਕੱਲ੍ਹ ਤਾਂ ਇਹ ਸਿਸਟਮ ਚੱਲਦਾ ਕਰ ਗਈ 12 ਟੱਪ ਗਈ 18 ਨਹੀਂ ਹੁਣ ਤੇਰੀ ਫੁੱਲ ਚੜ੍ਹਾਈ ਹੈ ਅੱਜ ਕੱਲ੍ਹ ਤਾਂ ਇਹ ਸਿਸਟਮ ਚੱਲਦਾ ਬਾਬੇ ਮਤਲਬ ਕਿ ਗੱਲਬਾਤ ਬਾਬੇ ਸੌਂਗ ਵਾਲੀ ਤਾਂ ਕਤਈ ਜ਼ਹਿਰ ਹੈ ਬਾਬੇ ਕਸ਼ਟ ਕੀ ਕਮਾਈ ਕਿਵੇਂ ਦਾਮ ਨਾ ਰਹੇ ਪਹਿਲੇ ਵਾਲੇ ਸ਼ਹਿਰ ਔਰ ਗਾਮ ਨਾ ਰਹੇ ਕੰਮ ਕਰਕੇ ਆਵੇ ਤੇ ਆਰਾਮ ਨਾ ਰਹੇ ਪਹਿਲੇ ਵਾਲੇ ਬਾਲਕਾਂ ਕੇ ਨਾਮ ਨਾ ਰਹੇ ਪਹਿਲੇ ਵਾਲੇ ਬੈਦ ਔਰ ਦਵਾਈ ਨਾ ਰਹੀ ਹੋਇਆ ਕਰਤੇ ਜਾ ਔਰ ਸਗਾਈ ਨਾ ਰਹੀ ਬਾਲਕਾਂ ਨੇ ਪੈਦਾ ਕਰਤੀ ਦਾਈ ਨਾ ਰਹੀ ਲਿਆ ਦਿਆ ਕਰਤੇ ਮੈਂ ਵਧਾਈ ਨਾ ਰਹੀ ਬਾਈ ਸੱਚੀ ਗੱਲ ਦਾਈ ਬਾਈ ਪੁਰਾਣੇ ਟਾਈਮਾਂ ਦੇ ਵਿੱਚ ਵਿਦਾਈ ਨਾ ਰਹੀ ਯਾਰ ਕਿਆ ਬਾਤ ਬਾਬਿਓ ਵੀ ਯਾਰ ਬੰਦੇ ਨੇ ਜਿਹੜੇ ਗੱਲਾਂ ਕੀ ਹੈ ਉਹਨਾਂ ਰੀਅਲ ਪੇਨ ਹੈ ਬਾਬਿਓ ਹਾਂ ਮਤਲਬ ਕਿ ਬੰਦਾ ਆਪਣਾ ਦਰਦ ਦੱਸ ਰਿਹਾ ਯਾਰ ਲਿਆ ਦਿਆ ਕਰਤੇ ਮੈਂ ਵਧਾਈ ਨਾ ਰਹੀ ਲਿਆਵੇਂ ਥੇ ਸੰਦੇਸ਼ ਚਿੱਠੀ ਤਾਰ ਨਾ
जीरा का सिंगार ना रहा, धर्म पत्नी और भर तार ना रहा, सास कहूं पहले आला प्यार ना रहा, पहले आले दानी और दान ना रहे, पंडित लोग दिया करते ज्ञान ना रहे, ऊपर मर जावे थे ध्यान ना रहे, योगी जो लगाया करते ध्यान ना रहे, योगी जो लगाया करते ध्यान ना रहे, पहले आले कुएं और जोहड़ ना रहे, सिर के ऊपर सजा करते मोड़ ना रहे, ब्राह्मण और नाई आले जोड़ ना रहे। बाबे ब्राह्मण और नाई, ठीक है, ब्राह्मण भाई बहुत ज्यादा भाई इंटेलिजेंट होंगे, ते बाबे जेड़े नाई है ना इन्हें बल्कि बहुत तगड़े थे पुराने टाइम में। बाबे 1800 की गल है, उस टाइम में भाई बहुत तगड़े होंगे नाई, क्योंकि जी सर्जरी करते थे वो मन लगता है मैं जिस तक मैं पता भी यह नाइया से कराई करते, क्योंकि नाई ना भी जोड़े डॉक्टर ना वधिया मतलब बंदे नूं कट सक मतलब कोई भी शेप कितने करा सकते नाइया की। एक गोरे ने आके भाई थोड़ी जी पट्टी वेस करती, कहने का मतलब कि भाई जो गोरे आ रखे थे बाहर से उन्होंने कह दिया भी इनको थोड़ा नीचा दिखाया जाए, क्योंकि आने वाले टाइम में ब्राह्मण और नाई भाई दोनों कहना मतलब कि पढ़ाई और मतलब कि दिमाग इनका तेज बहुत था, ठीक है, इनको पता था कि अब नीचे लगा देंगे तो बाद में बड़े मतलब कि आगे नहीं बढ़ूंगे ये नीचे रहूंगे। पर बाबियो नाई और ब्राह्मण इनकी गलबात एंड है, बाबियो ध्यान रखियो गल, ते कहना भाई कहना खून नहीं रहे यार, बाबे यार के करे अब तोड़ा करते तोड़ ना रहे, खेत में बनाया करते ओढ़ ना रहे, सांग देखन जाया करते तोड़ ना रहे, सही गल है, उड़ के वह मीठे मीठे चोड़ ना रहे, सही गल है, पहले आले राही और डोड़ ना रहे, पहले आले राही और डोड़ ना रहे, रिजे आले पूरते और दोहर ना रही, जालरे में लगी हुई मोहर ना रही, मन में जो उठा करती लोहर ना रही, बड़े बूढ़े मानस की इब टोहर ना रही, मन के वे सच्चे इब नीत ना रहे, सामन फगन कतक आले गीत ना रहे, पहले थे रिवाज और रीत ना रहे, पहले आली यार और जीत ना रहे। भाई पहला वाले रिवाज सच्ची गल है भाई, डे बाय डे जिदा भी भाई टैक्नोलॉजी आई जा रही है मतलब कि पुराने चीज़ों रिप्लेस करी जा रही है, ठीक है बाबियो, बट कहने का मतलब ये है भी पुराने भाई जो खिडारी थे जी पुराने टाइम के जित हार होंगी सी वह सिर्फ ग्राउंड के बिच रही सी, ऐ नहीं भी बाहर लोग लड़ते सी, अज के टाइम से यार भी ग्राउंड महाराजा भी चार बंदे बुलाते इन्ने भीड़ दिया उन्हें भीड़ दिया बाबियो वो गलबात ही यार बाबियो, बट जी पुरानी चीज़ा ना बाबियो पुरानी होंगे, कहने का मतलब यो सै ओल्ड इज गोल्ड भाई, ठीक है तुमने समझा रखे ने भाई, कमेंट मार के बता दियो अगर कोई दिक्कत है तो, ठीक है भाई। तो बाबे बई की गल सही है भी पुराने जो कबड्डी खेली करते थे ना वो जोर नहीं रहा बाबे यार, सिर उतलाते वो मोर नहीं रहे, क्या बात है बाबे मोहर, बाबे जी मोहर वाली गल है बाबे मैं कमेंट मार के दसा मोहर वाली, हूँ मैं कली कली चीज कमेंट मार के दस दौ बाबे, ठीक है, क्योंकि हूँ मैं गाना मैं बहुत ज्यादा कहन लगे बखी पड़का यार कणक मतलब की भाई लट गा, पहले आली यार और जीत ना रहे, मट्टी आले ईब किते चूल्हे ना रहे, मटना लगाते थे वे दूल्हे ना रहे, उठा करते कितनी गुंजार गीता की, जोड़ ऊपर गले हुए झूले ना रहे, बाल का कर पड़ा करती लाल ना रही, बाज के नैलू क्या करते साल ना रही, डंडा डूब खेलिया करते जाल ना रही, जीवन पूरे गांव की मैं गाल ना रही, जीवन पूरे गांव की मैं गाल ना रही, जीवनपुर के मैं गाल ना रही। ते अजकल जेडे नवे जवाक बाबे उन्हें लाल नहीं रही बाबे, क्या बात है भाई ने कल बहुत ज्यादा घैंट करी भी जेडे गैस आ गए गैस एंड सिलेंडर बाबे इन्होंने चूल्हे पहले भाई बाबे कद मतलब कि हरियाणा चल मोस्टली खाते होने चूल्हे पर रोटी, मैं भी खाता बाबे कई बार या मोटर से जाने जद ही खाँगा क्योंकि यार हूँ जिदा जिदा टैक्नोलॉजी आई जा रही बाबे उदा उदा अपने आदत पई यार जी टैक्नोलॉजी की, क्योंकि ईजी वे ना आप हम सब कुछ कर सकते हैं, देख हर एक चीज़ है बाबे जरूरी है
बट आप ये चीज बारे पर लास्ट में गल करना पहले आली शर्म वे सच्चाई ना रही, हाँ पहले आले लोग वे लुगाई ना रही, पहले आला प्यार वे जुदाई ना रही, होया करती पहले वा कविताई ना रही, होया करती पहले वाली ना रही, पहले आले लोग वे लुगाई ना रही, पहले आला प्यार वे जुदाई ना रही, होया करती पहले वा कविताई ना रही। दादा जगन्नाथ का तू ध्यान धर ले, रणधीर सिंह गुरु जी दया आप कर ले, सैगल जी के चरणा में जाके पढ़ जा, खाली पड़े ज्ञान के भंडार भर ले, खाली पड़े ज्ञान के भंडार भर ले, राम के से तू के लिखता ना, आपकी कलम उठानी ओगी खत्म कहानी, ना मिलती कोई भी चीज पुरानी, ना पहले आड़ी हवा रही ना पहले आड़ा पानी, ओगी खत्म कहानी, ना मिलती कोई भी चीज पुरानी, ना मिलती कोई भी चीज पुरानी, ना मिलती कोई भी चीज पुरानी। लो जी बाबियो, पहला वाली हवा नहीं रही बाबियो, सही गल है भाई, खत्म है कहानी, गल खत्म ही होगी बाबियो यार, सही गल है भी भाई। जेड़ा गाना ना कत यार कहने का, मतलब कि भाई लठ गाड़ दी है, बखी पाड़ दी, पता नहीं क्या क्या पाड़ दे इस गाने ने भाई, गाना फैक्ट वाला था बाबियो। ये चीजा जी समझ सकते ना बंदे 90 तो लेके 2000 तक बाबियो, 2000 भी कानून 99 तक बंदे जेडे है वह समझ सकते, जी न्यू जनरेशन है बाबियो उन्होंने यह पता मन होना भी क्या क्या भाई चीजा कही, ठीक है ये भाई पुराने बंदे नहीं समझ, मतलब कि नवे बंदे नहीं समझ सकते, पुराने का हड बीती हुई है, ठीक है। चूल्हे बाबे यार क्या बात है, असं भी यार देखा भी पिंडा में रेंगे बाबियो, ठीक है, तो पर बाबी नज़ारा पिंडा में, शहर च नज़ारा है बट वो गलबात है नहीं, शहर जी पिंड बंदे ने बहुत घेंट बी मैसेज दिता लोगों को, पुरानी चीजा यार ध्यान दो भी, पुराने चीजा वर्ग की रीस नहीं हैगी, नवी चीजा ने रिप्लेस करते पुरानी बाबे। बट बाबे बंदे ने गाना बहुत ज्यादा घेंट गाया बई न, बखी पाड़ सोंग बाबे, ठीक है, बहुत ही ज्यादा घेंट सोंग बई का, खुशी होंगी बई इदा नहीं गाने आते हैं, बहुत ज्यादा खुशी बाई ने गाना कढ़िया, होगी खत्म कहानी, पहला वाला हवा पहला वाली हवा नहीं रही बई, ठीक है। तो सब तो वजे लैन बई मैं ये गाने के लगी भी, पहला बाण सजाया करते थे कि खेतों में काम कुम करके थक थुक के आज करते घर, बट ये भी कितने जान लग रहे छोरे भाई, छोरे तो अभी पबजी ने पार्ट रखे हैं, तो सहेलियां ने पार्ट रखे हैं, वह कह देते हैं घर वाले बोले तो कह देते हैं मम्मी मैं तो जाऊंगा नहीं, मेरे तो कमर में दर्द है, बस यो चाले सा है अजकल, ठीक है, सहेली एक फोन करे भागे भागे जाए भाई, ठीक है यार। मैं माड़ा नहीं कहना किसी हर एक चीजें लाइफ के जरूरी है, आशिकी भी करनी जरूरी, सारी चीजें इंपोर्टेंट है, बट हर एक चीज़ का बाबे टाइम होंगे, ठीक है, इदा नहीं भी हाँ 24 घंटे लगे रहो, घर के भी सुनो, यार वैली नाल भी घूमो, जो थोड़ा दिल करता वह भी करो, डू वट एवर यू वॉन्ट टू डू मैन, बस। तो भाई गाना बहुत ज्यादा घेंट हरियाणे वाले का बाबे, ये सोंग दे विच ये सोंग सुन के ना मैं सच्ची बुराई पुराने दिन याद आ गई सच्ची यार, वही स्कूल जाना, ठीक है, अचार वाली रोटी, मोटर ते नहाना, ठीक है, नज़ारा बाबे हुई जिंदगी का, छोटे होंगे पढ़े हो गए तो बाबे टेंशन नहीं है, बट एक गल कहना बाबे हर एक चीज टाइम नाल जरूरी है, बट जो हूँ एरा चल रहा मतलब कि मॉडर्न ये अपने हिसाब नाल ठीक सी, तो जो बाबे पुराना है वह अपने हिसाब नाल ठीक है, ठीक है, कहना मतलब कि यही है भी जो चलता वा हूँ चलाई जाओ हंडाई जाओ। तो भाई अगली वीडियो बई का जो सौग आप करूँगे थोड़े दिन तक SYL बई का सौग है आप करना बई, कमेंट मार के जिन्होंने ने लास्ट तक वीडियो देखी तो जरूर बाबियो कमेंट करके कहो भी हाँ भी SYL पक्का ता ही करूँगा, अदरवाइज नो बाबियो। तो सारे बई आने राम राम नमस्ते सत श्री अकाल बई जी, मिलेंगे अगली वीडियो।